ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਪੂਰੇ ਵਿਸ਼ਵ ਲਈ ਮਨਪਸੰਦ ਨਿਵੇਸ਼ ਸਥਾਨ ਹੈ ਸੈਨ ਫਰਾਂਸਿਸਕੋ ਵਿੱਚ ਭਾਰਤ ਅਮਰੀਕਾ ਰਣਨੀਤਿਕ ਭਾਗੀਦਾਰੀ ਫੋਰਮ ਵਿੱਚ ਨਿਵੇਸ਼ਕ ਵਿਚਾਰ ਵਟਾਂਦਲੇ ਦੌਰਾਨ ਪਿਊਸ਼ ਗੋਇਲ ਨੇ ਭਾਰਤ ਵਿੱਚ ਜਨਸੰਖਿਆ ਲਾਭ ਉਸਾਰੀ ਸਮਰੱਥਾ ਅਤੇ ਣਕੂਲ ਕਾਰੋਬਾਰੀ ਮਾਹੌਲ ਦਾ ਜ਼ਿਕਰ ਕਰਦਿਆਂ ਨਿਵੇਸ਼ਕਾਂ ਲਈ ਫਾਇਦੇ ਵਾਲੇ ਮੌਕਿਆਂ ਨੂੰ ਰੇਖਾਂਕਿਤ ਕੀਤਾ ਮੰਤਰੀ ਨੇ ਸੈਨ ਫਰਾਂਸਿਸਕੋ ਵਿੱਚ ਦੱਖਣ ਕੋਰੀਆ ਤੇ ਸਿੰਗਾਪੁਰ ਦੇ ਵਣਜ ਮੰਤਰੀਆਂ ਨਾਲ ਅੱਢ ਤੋਂ ਦਵਲੀਆਂ ਮੀਟਾਂ ਵੀ ਕੀਤੀਆਂ ਉਹਨਾਂ ਨੇ ਅਮਰੀਕਾ ਦੇ ਵਪਾਰਕ ਨਮਾ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਅਮਰੀਕਾ ਦੇ ਵਣਜ ਮੰਤਰੀ ਜਿਨਾ ਰਾਇਮੋਂਡੋ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮੇ ਪਿਊਸ਼ ਗੋਇਲ ਅਮਰੀਕਾ ਦੀ 4 ਦਿਨਾਂ ਯਾਤਰਾ ਤੇ ਨੇ